ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਬੁੱਧਵਾਰ ਦਿਨ ਅਤੇ 13 ਦਸੰਬਰ ਨੂੰ ਕੀ ਅੱਜ ਸੁਰਖੀਆਂ ਅਤੇ ਕੀ ਗੱਲਬਾਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਜਿਹੜੀ ਸਭ ਤੋਂ ਪਹਿਲੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ, ਉਹ ਪ੍ਰੈਜੀਡੈਂਟ ਬਾਈਡਨ ਬਾਰੇ ਆ। ਅਸਲ 'ਚ ਪ੍ਰੈਜੀਡੈਂਟ ਬਾਈਡਨ ਬਾਰੇ ਨਹੀਂ, ਉਹਨਾਂ ਦੇ ਬੇਟੇ ਬਾਰੇ ਆ। ਅਤੇ ਹਾਊਸ ਰਿਪਬਲਿਕਨਸ ਅੱਜ ਜਿਹੜੇ ਵੋਟ ਇਹਦੇ ਉੱਤੇ ਉਹਨਾਂ ਨੇ ਕੀਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇੰਪੀਚਮੈਂਟ ਇਨਕੁਆਇਰੀ ਕੀਤੀ ਜਾਵੇ ਪ੍ਰੈਜ਼ੀਡੈਂਟ ਬਾਈਡਨ ਦੇ ਅਗੇਂਸਟ। ਅਸਲ ਦੇ ਵਿੱਚ ਹੈ ਕਿ ਇਹ ਸਾਰਾ ਕਿ ਜਿਹੜੇ ਰਿਪਬਲਿਕਨ ਲਾ ਮੇਕਰ ਨੇ ਉਹ ਇਸ ਵੇਲੇ ਬਾਈਡਨ ਪਰਿਵਾਰ ਦੇ ਜਿਹੜੇ ਫਾਈਨੈਂਸਿਸ ਆ, ਉਹਨਾਂ ਦੇ ਪੈਸੇ ਧੇਲੇ ਦਾ ਹਿਸਾਬ ਕਿਤਾਬ ਆ, ਉਹਨੂੰ ਲੈ ਕੇ ਇਹ ਇੰਪੀਚਮੈਂਟ ਕਰਨੀ ਚਾਹੁੰਦੇ ਆ। ਇਨਕੁਆਇਰੀ ਲਾਂਚ ਕੀਤੀ ਗਈ ਸੀ ਜਿਹੜੇ ਪਹਿਲੇ ਸਪੀਕਰ ਸੀਗੇ ਕੈਵਿਨ ਮਕਰਥੀ ਉਸ ਵੇਲੇ ਦੇ ਸਤੰਬਰ ਦੇ ਵਿੱਚ। ਉਸ ਵੇਲੇ ਵੋਟ ਕੋਈ ਨਹੀਂ ਸੀ ਇਹਦੇ ਉੱਤੇ ਹੋਈ, ਅਤੇ ਜਿਹੜੇ ਇਹ ਰਿਪਬਲਿਕਨ ਸੀਗੇ ਇਹ ਪ੍ਰੂਵ ਕਰਨ ਦੇ ਵਿੱਚ ਕਾਮਯਾਬ ਨਹੀਂ ਸੀ ਹੋਏ ਕਿ ਜਿਹੜੇ ਜੋ ਬਾਈਡਨ ਦੇ ਫਾਈਨੈਂਸ਼ੀਅਲ ਬੈਨੀਫਿਟ ਹੋਏ ਆ। ਰੌਲਾ ਕੀ ਆ ਕਿ ਜੋ ਬਾਈਡਨ ਦਾ ਜਿਹੜਾ ਬੇਟਾ ਆ, ਉਹਨੇ ਦੱਸਿਆ ਜਾ ਰਿਹਾ ਕਿ ਜਦੋਂ ਇਹਨਾਂ ਦਾ ਪਿਤਾ ਜੋ ਬਾਈਡਨ ਵਾਈਸ ਪ੍ਰੈਜੀਡੈਂਟ ਸੀ ਬਰਾਕ ਓਬਾਮਾ ਦੀ ਸਰਕਾਰ ਦੇ ਵਿੱਚ, ਉਸ ਵੇਲੇ ਇਹਨੇ ਆਪਣੇ ਪਿਤਾ ਦਾ ਨਾਂ ਵਰਤ ਕੇ ਜਿਹੜਾ ਕੁਛ ਪੈਸਾ ਕਮਾਇਆ ਆ, ਅਤੇ ਉਸ ਪੈਸੇ ਦੇ ਉੱਤੇ ਇਸ ਵੇਲੇ ਰੌਲਾ ਗੋਲਾ ਪੈ ਰਿਹਾ ਆ। ਹੁਣ ਜਿਹੜੇ ਹਾਊਸ ਨੇ ਇਹ ਕਿਹਾ ਆ ਪਿਛਲੇ ਸਮੇਂ ਦੇ ਵਿੱਚ ਕਿ ਇਹਦੇ ਉੱਤੇ ਇੰਪੀਚਮੈਂਟ ਕੀਤੀ ਜਾਵੇ, ਜਾਂ ਜਿਹੜੇ ਐਲੀਗੇਸ਼ਨ ਲੱਗ ਰਿਹਾ ਇਸ ਵੇਲੇ ਪ੍ਰੈਜੀਡੈਂਟ ਬਾਈਡਨ ਦੇ ਉੱਤੇ ਅਤੇ ਉਹਨਾਂ ਦਾ ਬੇਟਾ ਹੰਟਰ ਬਾਈਡਨ, ਔਰ ਹੰਟਰ ਬਾਈਡਨ ਦਾ ਜਿਹੜਾ ਬਿਜ਼ਨਸ ਆ ਉਹਦੇ ਉੱਤੇ। ਹੰਟਰ ਬਾਈਡਨ ਦੇ ਬਿਜ਼ਨਸ ਬਾਰੇ ਕੀ ਗੱਲਬਾਤ ਚਰਚਾ ਦੇ ਵਿੱਚ ਆ, ਜਿਹਦਾ ਨੁਕਸਾਨ ਕਿ ਪ੍ਰੈਜੀਡੈਂਟ ਜੋ ਬਾਈਡਨ ਨੂੰ ਕਿਤੇ ਨਾ ਕਿਤੇ ਹੋ ਸਕਦਾ। ਇਹਨਾਂ ਦਾ ਜਿਹੜਾ ਛੋਟਾ ਬੇਟਾ ਆ ਉਹਨੂੰ ਦੱਸਿਆ ਜਾ ਰਿਹਾ ਕਿ ਉਹਨੇ ਕਈ ਮਿਲੀਅਨ ਡਾਲਰ ਕਮਾਏ ਆ ਆਪਣੇ ਪਿਤਾ ਦੇ ਵਾਈਸ ਪ੍ਰੈਜੀਡੈਂਟ ਹੋਣ ਵੇਲੇ, ਅਤੇ ਉਸ ਪੈਸਾ ਕਮਾਉਣ ਦੇ ਲਈ ਇਹਨੇ ਆਪਣੇ ਪਰਿਵਾਰ ਦਾ ਨਾਂ ਵਰਤਿਆ, ਅਤੇ ਕੁਛ ਥਾਵਾਂ ਦੇ ਉੱਤੇ ਉਹਨਾਂ ਪੁਜ਼ੀਸ਼ਨ ਦੇ ਉੱਤੇ ਕੰਮ ਵੀ ਕੀਤਾ ਜਿਨ੍ਹਾਂ ਦਾ ਸਿੱਧਾ ਸਿੱਧਾ ਇਹਨਾਂ ਦੇ ਪਿਤਾ ਦੀ ਜੋਬ ਦੇ ਨਾਲ ਕਨਫਲਿਕਟ ਸੀ, ਜਾਂ ਇੱਦਾਂ ਆ ਕਿ ਉਹਨਾਂ ਪੁਜ਼ੀਸ਼ਨ ਦੇ ਉੱਤੇ ਇਹਨਾਂ ਪਿਤਾ ਦੇ ਨਾਂ ਦਾ ਅਸਰ ਹੋ ਕੇ ਇਹਨਾਂ ਦੇ ਬੇਟੇ ਨੂੰ ਪੈਸੇ ਮਿਲੇ। ਮਾਮਲੇ ਕਿਹੜੇ ਸੀਗੇ ਇਹਨਾਂ ਦੇ ਵਿੱਚ? ਹੰਟਰ ਬਾਈਡਨ ਨੇ 2014 ਦੇ ਵਿੱਚ ਉਹ ਕਹਿੰਦੇ ਬੋਰਡ ਡਾਇਰੈਕਟਰ ਬਣਿਆ ਯੂਕਰੇਨੀਅਨ ਐਨਰਜੀ ਫਰਮ ਇੱਕ ਬ੍ਰਿਸ਼ਮਾ ਦਾ, ਯੂਕਰੇਨ ਦੀ ਇੱਕ ਐਨਰਜੀ ਫਰਮ, ਉਹਦਾ ਇਹ ਜਿਹੜਾ ਹੰਟਰ ਬਾਈਡਨ ਆ ਬੋਰਡ ਡਾਇਰੈਕਟਰ ਬਣਿਆ ਉਸ ਫਰਮ ਦਾ। ਅਤੇ ਉਸ ਫਰਮ ਦਾ ਜਿਹੜਾ ਓਨਰ ਆ, ਜਿਹੜਾ ਮਾਲਕ ਆ, ਉਹਦਾ ਅਮੈਰੀਕਾ ਦੇ ਨਾਲ ਰੌਲਾ ਆ, ਅਤੇ ਅਮੈਰੀਕਾ ਉਸ ਵਿਅਕਤੀ ਨੂੰ ਕਰਪਟ ਸਮਝਦਾ ਆ। ਜੇ ਇਸ ਵਿਅਕਤੀ ਨੂੰ ਅਮਰੀਕਾ ਕਰਪਟ ਕਹਿ ਰਿਹਾ ਯੂਕਰੇਨ ਦੀ ਇੱਕ ਕੰਪਨੀ ਨੂੰ, ਉਹਦਾ ਬੋਰਡ ਆਫ ਡਾਇਰੈਕਟਰ ਜੋ ਬਾਈਡਨ ਦਾ ਬੇਟਾ ਹੰਟਰ ਬਾਈਡਨ ਬਣ ਰਿਹਾ ਆ। ਅਤੇ ਉਸ ਵੇਲੇ ਜਿਹੜੇ ਵਾਈਸ ਪ੍ਰੈਜੀਡੈਂਟ ਸੀਗੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ, ਅਤੇ ਉਹ ਦੀ ਖਾਸ ਤੌਰ ਦੇ ਉੱਤੇ ਜਿਹੜੀ ਇਹ ਪੋਜੀਸ਼ਨ ਦੇ ਉੱਤੇ ਸੀਗੇ। ਹੁਣ ਉਹ ਪੋਲਿਸੀ ਬਰੀਫ ਦੇ ਵਿੱਚ ਜਿਹੜੇ ਬਾਈਡਨ ਸੀਗੇ, ਉਹਨਾਂ ਨੇ ਯੂਕਰੇਨੀਅਨ ਗੌਰਮੈਂਟ ਦੇ ਉੱਤੇ ਇਸ ਕੁਛ ਕਰਪਸ਼ਨ ਦੇ ਮਾਮਲਿਆਂ ਦੇ ਵਿੱਚ ਕਰੈਕਡਾਊਨ ਕੀਤਾ ਗਿਆ ਸੀ, ਅਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਇਹ ਚਰਚਾ ਉਸ ਵੇਲੇ ਵੀ ਜਿਹੜੀ ਆ ਉਹ ਸਾਹਮਣੇ ਆਈ ਸੀ। ਜਿਹੜੀਆਂ ਨਿਊਜ਼ ਰਿਪੋਰਟ ਸੀਗੀਆਂ ਉਸ ਵੇਲੇ, ਉਹਨਾਂ ਦੇ ਵਿੱਚ ਕੰਟਰਾਡਿਕਸ਼ਨ ਹਾਈਲਾਈਟ ਕੀਤੀ ਗਈ ਸੀ ਇਹ, ਜਿਹਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਕਿਹਾ ਸੀ ਵੀ ਜਿਹੜੇ ਹੰਟਰ ਬਾਈਡਨ ਆ, ਇਹਨਾਂ ਨੇ ਕਲੇਮ ਕੀਤਾ ਸੀ ਕਿ ਉਹਨਾਂ ਨੇ ਜਿਹੜਾ ਯੂਕਰੇਨੀਅਨ ਬਿਜ਼ਨਸ ਆ ਉਹਨਾਂ ਦੇ ਨਾਲ ਆਪਣੇ ਪਿਤਾ ਦੀ ਕਦੇ ਵੀ ਡਿਸਕਸ਼ਨ ਨਹੀਂ ਕੀਤੀ। ਇਸ ਗੱਲ ਨੂੰ ਛੱਡ ਕੇ ਕਿ ਥੋੜ੍ਹੀ ਜਿਹੀ ਜਿਹੜੀ ਉਹਨਾਂ ਦੀ ਗੱਲਬਾਤ ਉਹਦੇ ਨਾਲ ਹੋਈ ਸੀ ਜਦੋਂ ਇਹਨਾਂ ਨੇ ਇਹ ਜਿਹੜੀ ਕੰਪਨੀ ਸੀਗੀ ਬ੍ਰਿਸ਼ਮਾ ਜੁਆਇਨ ਕੀਤੀ ਸੀ। ਅਤੇ ਪਰ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਇਹ ਪਤਾ ਤਾਂ ਸੀਗਾ ਵੀ ਇਹ ਕੌਣ ਆ ਅਤੇ ਕਿਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਹੋ ਰਹੀ ਆ।
ਜਿਹੜੇ ਹੰਟਰ ਬਾਈਡਨ ਨੇ ਇਹਨਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੀ ਲਾਈਫ ਬੜੀ ਟਰਬਲਡ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਖਾਸ ਕਰ ਨੇਵੀ ਰਿਜ਼ਰਵ ਤੋਂ ਜਿਹਨਾਂ ਨੂੰ ਡਿਸਚਾਰਜ ਕੀਤਾ ਗਿਆ। ਡਰੱਗ ਵਾਲਾ ਮਾਮਲਾ ਵੀ ਇਹਨਾਂ ਦੇ ਉੱਤੇ ਸੀਗਾ, ਡਰੱਗ ਯੂਜ਼ ਕਰਦੇ ਸੀ, ਜਿਹੜੀ 21 ਦੇ ਵਿੱਚ ਜਿਹੜਾ ਮੈਮੋਰ ਪਬਲਿਸ਼ ਕੀਤਾ ਗਿਆ ਸੀ ਉਹਦੇ ਵਿੱਚ। ਅਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜਾ ਇਹ ਕ੍ਰੈਕ ਅਤੇ ਕੋਕੇਨ ਵੀ ਯੂਜ਼ ਕਰਦਾ ਸੀ ਅਤੇ ਅਲਕੋਹਲ ਵੀ ਅਬਿਊਜ਼ ਕੀਤੀ ਆ। ਅਤੇ ਇਸੇ ਤਰ੍ਹਾਂ ਹੀ ਉਦੋਂ ਜਦੋਂ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਬਿਊ ਬਾਈਡਨ, ਉਹਦੀ ਕੈਂਸਰ ਦੇ ਵਿੱਚ ਮੌਤ ਹੋ ਗਈ ਸੀ ਵੀ, ਇੱਕ ਲੰਬੀ ਚੌੜੀ ਇਹਨਾਂ ਦੀ ਹਿਸਟਰੀ ਇਸ ਕਿਸਮ ਦੀ ਦੱਸੀ ਜਾ ਰਹੀ ਹੈ। ਪ੍ਰੈਜ਼ੀਡੈਂਟ ਬਾਈਡਨ ਨੇ ਇਸ ਮਾਮਲੇ ਦੇ ਵਿੱਚ ਡਿਫੈਂਸਿਵ ਰਹੇ, ਉਹ ਆਪਣੇ ਬੇਟੇ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨੇ ਕੁਛ ਵੀ ਨਹੀਂ ਕੀਤਾ। ਅਤੇ ਇੱਕ ਵਾਰੀ ਜਦੋਂ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਇਆ ਸੀ, ਉੱਥੇ ਇਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਬੇਟੇ ਨੇ ਕੁਛ ਵੀ ਇਸ ਬਿਜ਼ਨਸ ਦੇ ਵਿੱਚੋਂ, ਮਤਲਬ ਜਿਹੜਾ ਚਾਈਨਾ ਦੇ ਨਾਲ ਜਾਂ ਦੂਜੀਆਂ ਡੀਲਸ ਦੇ ਵਿੱਚੋਂ ਕੁਛ ਵੀ ਨਹੀਂ ਕਮਾਇਆ। ਸੋ ਉਹ ਗੱਲਬਾਤ ਇੱਕ ਵਾਰੀ ਫਿਰ ਸਾਹਮਣੇ ਆ ਗਈ ਆ ਅਤੇ ਇਹਨਾਂ ਦੇ ਕਨੈਕਸ਼ਨ ਕਿਤੇ ਨਾ ਕਿਤੇ ਰਿਪਬਲਿਕਨ ਜਿਹੜੇ ਲੱਭ ਰਹੇ ਆ। ਅਤੇ ਉਹਦੇ ਤੋਂ ਬਾਅਦ ਜਿਹੜੇ ਜੋ ਬਾਈਡਨ ਨੂੰ ਕਿਹਾ ਗਿਆ ਕਿ ਉਹਦੀ ਇੰਟੈਂਸ਼ਨ ਜਿਹੜੀ ਮਾੜੀ ਸੀ ਆਪਣੇ ਬੇਟੇ ਨੂੰ ਲੈ ਕੇ, ਉਹਨੇ ਕੁਛ ਲੁਕਾਇਆ ਆ, ਇਹ ਗੱਲਬਾਤ ਹਾਊਸ ਦੇ ਵਿੱਚ ਹੁਣ ਸਾਹਮਣੇ ਆਉਂਦੀ ਆ। ਵੋਟਿੰਗ ਹੁੰਦੀ ਹੈ, ਕੀ ਹੁੰਦਾ ਆ, ਇਹ ਜਿਹੜਾ ਇੱਕ ਨਵਾਂ ਮੁੱਦਾ ਇਸ ਵੇਲੇ, ਜਿਹੜਾ ਨਵਾਂ ਮੁੱਦਾ ਨਹੀਂ, ਅਸਲ ਦੇ ਵਿੱਚ ਸਪਟੈਂਬਰ ਦਾ ਮੁੱਦਾ ਚੱਲਦਾ ਸੀ, ਉਹਦੇ ਉੱਤੇ ਹੁਣ ਦੁਬਾਰਾ ਗੱਲਬਾਤ ਜਿਹੜੀ ਹਾਊਸ ਦੇ ਵਿੱਚ ਹੋ ਰਹੀ ਹੈ। ਅਤੇ ਜਿਹਦਾ ਕਿਤੇ ਨਾ ਕਿਤੇ ਅਸਰ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਆਉਣ ਵਾਲੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਗਲੇ ਸਾਲ, ਉਹਦੇ ਉੱਤੇ ਪੈਣ ਦੀ ਸੰਭਾਵਨਾ ਵੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਦੱਸੀ ਜਾ ਰਹੀ ਹੈ। ਅਗਲੀ ਗੱਲਬਾਤ ਦੋਸਤੋ ਇਲੈਕਟ੍ਰਿਕ ਵਹੀਕਲ ਦੇ ਬਾਰੇ ਆ। ਟੈਸਲਾ ਕਾਰ ਬਹੁਤ ਮਸ਼ਹੂਰ ਕਾਰ ਆ, ਅਤੇ ਪਰ ਅੱਜ ਇਹਨਾਂ ਨੇ ਅਮਰੀਕਾ ਦੇ ਵਿੱਚ ਲਗਭਗ 2,20,00,000 ਕਾਰਾਂ ਜਿਹੜੀਆਂ ਵਹੀਕਲ ਸੀਗੇ ਉਹਨਾਂ ਨੂੰ ਰੀਕਾਲ ਕਰ ਲਿਆ ਵੀ ਇਹਨਾਂ ਦੇ ਵਿੱਚ ਨੁਕਸ ਆ ਅਤੇ ਇਹਨਾਂ ਨੂੰ ਵਾਪਸ ਭੇਜੋ। ਆਟੋ ਪਾਇਲਟ ਸਿਸਟਮ ਦੇ ਵਿੱਚ ਕੋਈ ਨੁਕਸ ਦੱਸਿਆ ਜਾ ਰਿਹਾ। ਸੇਫਟੀ ਰੈਗੂਲੇਟਰਸ ਨੇ ਇਹ ਦੱਸਿਆ ਆ ਕਿ ਇਹਦੇ ਵਿੱਚ ਜ਼ਿਆਦਾ ਕੰਟਰੋਲ, ਓਨਾ ਕੰਟਰੋਲ ਨਹੀਂ ਆ ਕਿਸੇ ਵੀ ਮਿਸਯੂਜ਼ ਨੂੰ ਠੀਕ, ਜਿਹੜਾ ਉਦੋਂ ਉਹਦੇ ਲਈ ਕੰਟਰੋਲ ਕਰਨ ਦੇ ਲਈ ਐਨਾਫ ਇਹਦਾ ਸਿਸਟਮ ਕੰਮ ਨਹੀਂ ਕਰ ਰਿਹਾ। ਜਿਹੜੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਕਿਹਾ ਕਿ ਟੈਸਲਾ ਜਿਹੜਾ ਆ ਇਹਦਾ ਮੈਥਡ ਜਿਹੜਾ ਆ ਕਿ ਡਰਾਈਵਰ ਨੂੰ ਹਜੇ ਵੀ ਅਟੈਂਸ਼ਨ ਦੇਣੀ ਪਊਗੀ ਜਦੋਂ ਕਿ ਜਿਹੜਾ ਪਾਰਸ਼ਲੀ ਆਟੋਮੈਟਿਕ ਸਿਸਟਮ ਐਕਟੀਵੇਟ ਕੀਤਾ ਹੋਵੇ, ਇਹ ਇਨਸਫੀਸ਼ੈਂਟ ਆ, ਇਹਦੇ 'ਚ ਨੁਕਸ ਆ, ਇਹ ਕਾਰ ਨੂੰ ਦੁਬਾਰਾ ਠੀਕ ਕਰਨਾ ਪਊਗਾ। ਰੀਕਾਲ 1 ਸਾਲ ਲੰਬੀ ਇਨਵੈਸਟੀਗੇਸ਼ਨ ਤੋਂ ਬਾਅਦ ਆਇਆ ਜਦੋਂ ਕ੍ਰੈਸ਼ ਹੋਏ ਸੀ ਆਟੋ ਪਾਇਲਟ ਸਿਸਟਮ ਜਦੋਂ ਐਕਟੀਵੇਟਡ ਸੀਗਾ। ਟੈਸਲਾ ਦੇ ਨਾਲ ਸੰਬੰਧਿਤ ਕਈ ਸਮੱਸਿਆਵਾਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ, ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਹੁਣ ਇਹ ਜੇ ਨਾ ਫਿਕਸ ਕੀਤਾ ਗਿਆ ਤਾਂ ਇਹਦੇ ਨਾਲ ਕ੍ਰੈਸ਼ ਦਾ ਰਿਸਕ ਵੱਧ ਜੂਗਾ। ਏਜੰਸੀ ਨੇ ਇਹ ਵੀ ਲਿਖਿਆ ਆ ਕਿ ਕੁਛ ਸਿਚੁਏਸ਼ਨਸ ਦੇ ਵਿੱਚ ਇਹ ਸਿਸਟਮ ਜਦੋਂ ਇੰਗੇਜ ਹੁੰਦਾ ਆ ਅਤੇ ਡਰਾਈਵਰ ਦੀ ਜ਼ਿੰਮੇਵਾਰੀ ਫਿਰ ਨਹੀਂ ਹੁੰਦੀ ਉਸ ਤਰੀਕੇ ਦੀ ਵਹੀਕਲ ਓਪਰੇਸ਼ਨ ਦੇ ਲਈ, ਅਤੇ ਜਿਹੜਾ ਉਹ ਅਨਪ੍ਰਪੇਅਰਡ ਹੁੰਦਾ ਆ, ਇੱਦਾਂ ਦੇ ਕੋਈ ਫੇਲ ਹੋ ਜਾਵੇ ਆਪਾਂ ਤਾਂ ਚੱਲਦਾ, ਤੁਸੀਂ ਆਟੋ ਪਾਇਲਟ 'ਤੇ ਲਾਇਆ ਅਤੇ ਚੱਲਦਾ ਚੱਲਦਾ ਫੇਲ ਹੋ ਜਾਵੇ, ਉਸ ਵੇਲੇ ਡਰਾਈਵਰ ਤਿਆਰ ਹੀ ਨਹੀਂ ਉਸ ਚੀਜ਼ ਦੇ ਲਈ ਵੀ ਉਹਨੂੰ ਆਟੋ ਸਟੀਅਰ ਨੂੰ ਕੈਂਸਲ ਕਰ ਦੇਵੇ ਜਾਂ ਕੁਛ ਹੋਰ ਕਰ ਦੇਵੇ, ਇਹਦੇ ਵਿੱਚ ਉਹਦਾ ਕਸੂਰ ਨਹੀਂ ਆ। ਸੋ ਟੈਸਲਾ ਨੇ ਕਿਹਾ ਵੀ ਇਹ ਸੋਫਟਵੇਅਰ ਅਪਡੇਟ ਉਹਨਾਂ ਨੇ ਪ੍ਰੋਬਲਮ ਜਿਹੜੀ ਕਰਨ ਦੇ ਲਈ ਭੇਜੀ ਆ, ਔਰ ਇਹ ਲਗਭਗ ਸਾਰੀਆਂ ਕਾਰਾਂ ਇਹਦੇ 'ਚ ਆ ਜਾਂਦੀਆਂ। ਹੁਣ ਜਿਹੜੀ ਇਹਨਾਂ ਨੇ ਰੀਕਾਲ ਕੀਤੀਆਂ 2012 ਤੋਂ ਲੈ ਕੇ 2023 ਤੱਕ ਦੇ ਮਾਡਲ ਐੱਸ, 2016 ਤੋਂ 2023 ਤੱਕ ਦੇ ਮਾਡਲ ਐਕਸ, 2017 ਤੋਂ ਲੈ ਕੇ 2023 ਤੱਕ ਦੇ ਮਾਡਲ 3, ਅਤੇ 2020 ਤੋਂ 2023 ਦੇ ਮਾਡਲ ਵਾਈ ਵਹੀਕਲ ਨੂੰ ਰੀਕਾਲ ਕੀਤਾ ਗਿਆ ਹੈ। ਅਤੇ ਲਗਭਗ ਜਿੰਨੇ ਟੈਸਲਾ ਨੇ ਵਹੀਕਲ ਵੇਚਿਆ ਉਹ ਸਾਰੇ ਹੀ ਇਹਦੇ ਵਿੱਚ ਕਹਿ ਲਓ ਕਵਰ ਹੋ ਜਾਂਦੇ ਆ, ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੁਣ ਵਾਪਸ ਸੋਫਟਵੇਅਰ ਅਪਡੇਟ ਦੇ ਲਈ ਜਾਣਾ ਪਊਗਾ। ਇਨਵੈਸਟੀਗੇਸ਼ਨ ਜਿਹੜੀ ਇਹਦੀ ਕੀਤੀ ਗਈ ਸੀ ਇਹਨੂੰ ਸਪੋਰਟ ਕਰਨ ਦੇ ਲਈ, ਇਹਦੀ ਅਵੈਲਿਊਏਸ਼ਨ ਅਤੇ ਇਫੈਕਟਿਵਨੈਸ ਕੀ ਆ, ਜਿਹੜਾ ਜਿਹੜੀ ਇਹਦੇ ਵਿੱਚ
ਡਿਪਲੋਏ ਕੀਤੀ ਗਈ ਹੈ ਟੈਸਲਾ ਦੇ ਵਿੱਚ, ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਆ ਉਹਨਾਂ ਨੇ ਇਹਦੇ ਬਾਰੇ ਔਸਟਨ ਬੇਸਡ ਜਿਹੜੀ ਟੈਸਲਾ ਹੈ ਉਹਦੇ ਵਿੱਚ ਦੱਸਿਆ ਸੀ ਕਿ ਇਹਦਾ ਕੁਛ ਨਾ ਕੁਛ ਇਹਦੇ ਵਿੱਚ ਕੀਤਾ ਜਾਣਾ ਚਾਹੀਦਾ ਆ। ਰਿਪੋਰਟ ਆਈ ਸੀ ਅਤੇ ਜਿਹਦੇ ਵਿੱਚ ਇਹ ਪਤਾ ਸੀ ਘੱਟੋ ਘੱਟ 8 ਇੱਦਾਂ ਦੇ ਕ੍ਰੈਸ਼ ਹੋਏ ਆ ਜਿਨ੍ਹਾਂ ਦੇ ਵਿੱਚ ਜਿਹੜਾ ਟੈਸਲਾ ਦਾ ਆਟੋ ਪਾਇਲਟ ਮੋਡ ਸੀਗਾ ਰੋਡਸ ਦੇ ਉੱਤੇ ਅਤੇ ਡਰਾਈਵਰ ਅਸਿਸਟੈਂਟ ਸੋਫਟਵੇਅਰ ਉਹ ਓਪਰੇਟ ਚੰਗੀ ਤਰ੍ਹਾਂ ਨਹੀਂ ਹੋ ਸਕਿਆ ਅਤੇ ਜਿਹਦੇ ਨਾਲ ਕਿ ਇਹ ਐਕਸੀਡੈਂਟ ਹੋ ਗਿਆ। ਯੂਜ਼ਰ ਮੈਨੂਅਲ ਦੇ ਵਿੱਚ ਜਿਹੜਾ ਲੀਗਲ ਡਾਕੂਮੈਂਟ ਅਤੇ ਹੋਰ ਕਮਿਊਨੀਕੇਸ਼ਨ ਹੈਗਾ ਆ, ਟੈਸਲਾ ਜਿਹੜਾ ਆ ਉਹ ਅਕਨੋਲੇਜ ਇਹ ਕਰਦਾ ਆ ਕਿ ਆਟੋ ਸਟੀਅਰ ਆਟੋ ਪਾਇਲਟ ਜਿਹੜੇ ਕੀ ਫੀਚਰ ਆ ਇਹਦੇ ਵਿੱਚ ਉਹਨਾਂ ਨੂੰ ਜਿਸ ਤਰੀਕੇ ਨਾਲ ਯੂਜ਼ ਕੀਤਾ ਜਾਣਾ ਚਾਹੀਦਾ ਉਹਦੇ ਵਿੱਚ ਕਿਤੇ ਨਾ ਕਿਤੇ ਨੁਕਸ ਆ, ਇਸ ਕਰਕੇ ਇਹਨੂੰ ਰੀਕਾਲ ਕੀਤਾ ਗਿਆ। ਇਨਵੈਸਟੀਗੇਸ਼ਨ ਪਿੱਛੇ ਜੇ ਸ਼ੁਰੂ ਹੋਈ ਸੀ ਜਦੋਂ ਜਿਹੜੀ ਟੈਸਲਾ ਦਾ ਆਟੋ ਪਾਇਲਟ ਅਤੇ ਡਰਾਈਵਰ ਅਸਿਸਟੈਂਟ ਸਿਸਟਮ ਸੀਗਾ ਉਹਦੇ ਵਿੱਚ ਸੀਗਾ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਆ ਕਿਸੇ ਨਾ ਕਿਸੇ ਤਰ੍ਹਾਂ ਨੂੰ ਐਵੈਲੂਏਟ ਕਰਨ ਦੀ ਲੋੜ ਆ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਉਸ ਵੇਲੇ ਇਹ ਕਿਹਾ ਸੀ ਕਿ ਪ੍ਰੀਲਿਮਿਨਰੀ ਐਵੈਲੂਏਸ਼ਨ ਦੇ ਵਿੱਚ ਇਸ਼ੂ ਜਿਹੜਾ ਸਾਹਮਣੇ ਆਇਆ ਆ ਇੰਜੀਨੀਅਰਿੰਗ ਐਨਾਲਿਸਿਸ ਦੇ ਵਿੱਚ ਤਾਂ ਸਟੈਪ ਲਏ ਜਾਣ ਗਏ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੈਟਰ ਬਣਾਇਆ ਜਾਵੇ ਅਤੇ ਇਹਦੀ ਵੈਲੂਏਸ਼ਨ ਫਿਰ ਸ਼ੁਰੂ ਹੋਈ ਸੀ ਅਗਸਤ 2021 ਦੇ ਵਿੱਚ ਅਤੇ ਉਹਦੇ ਤੋਂ ਬਾਅਦ ਲਗਭਗ 12 ਕ੍ਰੈਸ਼ ਇੱਕੋ ਤਰ੍ਹਾਂ ਦੇ ਸਰਕਮਸਟਾਂਸਾਂ ਦੇ ਵਿੱਚ ਹੋਏ ਸੀ ਜਿੱਥੇ ਕਿ ਐਮਰਜੈਂਸੀ ਵਹੀਕਲ ਜਿੱਦਾਂ ਕੋਈ ਐਂਬੂਲੈਂਸ ਆ ਜਾਂ ਕੋਈ ਪੁਲਿਸ ਕਰੂਜ਼ਰ ਆ ਜਾਂ ਕੋਈ ਲੋਅ ਲਾਈਟ ਕੰਡੀਸ਼ਨ ਆ ਉੱਥੇ ਇਹ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਿਆ ਅਤੇ ਏਜੰਸੀ ਨੇ ਆਇਡੈਂਟੀਫਾਈ ਕੀਤਾ ਸੀ ਕਿ 15 ਇੰਜਰੀਜ਼ ਅਤੇ 1 ਮੌਤ ਹੋਈ ਸੀ ਇਹਨਾਂ ਕ੍ਰੈਸ਼ਸ ਦੇ ਵਿੱਚ ਜਿਹੜੇ ਡਾਕੂਮੈਂਟ ਏਜੰਸੀ ਨੇ ਪੋਸਟ ਕੀਤੇ ਆ। ਸੋ ਟੈਸਲਾ ਆਟੋ ਪਾਇਲਟ ਆਟੋਮੇਟ ਕੁਛ ਡਰਾਈਵਿੰਗ ਫੀਚਰਸ ਦੇ ਉੱਤੇ ਕੰਮ ਸਹੀ ਨਹੀਂ ਕਰ ਰਿਹਾ, ਇਸ ਕਰਕੇ ਇਹਨਾਂ ਨੇ 2 ਮਿਲੀਅਨ ਦੇ ਕਰੀਬ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਜਿਹਨੂੰ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਕਸ ਕੀਤਾ ਜਾ ਰਿਹਾ। ਦੋਸਤੋ ਅਗਲੀ ਗੱਲਬਾਤ, ਅਮਰੀਕਾ ਦੇ ਵਿੱਚ ਇੱਕ ਕਲਾਸੀਫਾਈਡ ਡਾਕੂਮੈਂਟਸ ਦਾ ਰੌਲਾ ਪਿਆ ਸੀ, ਉਹਦੇ ਸੰਬੰਧੀ ਹੁਣ ਜਿਹੜੀ ਜਾਂਚ ਵੀ ਚੱਲ ਰਹੀ ਹੈ ਅਤੇ ਨਾਲ ਨਾਲ ਇਹ ਦੇਖਿਆ ਜਾ ਰਿਹਾ ਕਿ ਭਾਵੇਂ ਇਹਨਾਂ ਨੇ ਉਹ ਮੁੰਡੇ ਨੂੰ ਫੜ ਲਿਆ ਸੀ ਟੈਕਸਾਇਰਾ ਨੂੰ ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਉਹਨੇ ਡੈਮੇਜ ਕਰ ਦਿੱਤਾ ਸੀ ਉਹ ਹਜੇ ਤੱਕ ਉਸੇ ਤਰੀਕੇ ਦੇ ਨਾਲ ਆ ਅਤੇ ਹੋਰ ਡੈਮੇਜ ਉਹਨੂੰ ਰੋਕਿਆ ਨਹੀਂ ਜਾ ਸਕਿਆ। ਇਹ ਨੌਜਵਾਨ ਸੀਗਾ ਇੱਕ ਟੈਕਸਾਇਰਾ, ਉੱਥੇ ਮੈਸਾਚਿਊਸੀ ਦੇ ਰੂਰਲ ਮੈਸਾਚਿਊਸੀ ਦੇ ਵਿੱਚ ਕੰਮ ਕਰਦਾ ਸੀ ਇੱਕ ਥਾਂ ਦੇ ਉੱਤੇ ਜਿੱਥੋਂ ਕਿ ਇਹਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹਨੇ ਕੀਤਾ ਕੀ ਸੀ ਵੀ ਉਹਨਾਂ ਦੇ ਚੱਕ ਕੇ ਸਾਰੇ ਜਿੰਨੇ ਸੀਕ੍ਰੇਟ ਡਾਕੂਮੈਂਟ ਸੀਗੇ ਉਹਨਾਂ ਨੂੰ ਔਨਲਾਈਨ ਪਾ ਦਿੱਤਾ ਸੀ ਉਹਨਾਂ ਮੁੰਡਿਆਂ ਦੇ ਨਾਲ ਜਿਨ੍ਹਾਂ ਦੇ ਉੱਤੇ ਇਹ ਵੀਡੀਓ ਗੇਮ ਖੇਡਦਾ ਸੀਗਾ। ਫੈਡਰਲ ਅਥਾਰਟੀ ਸੀਗੀਆਂ ਉਹ ਟਰਾਈ ਕਰ ਰਹੀਆਂ ਕਿਸੇ ਨਾ ਕਿਸੇ ਤਰ੍ਹਾਂ ਨੂੰ ਅਨਡੂ ਕਰਨ ਦੀ ਕਿ ਜਿੰਨਾ ਨੁਕਸਾਨ ਇਹਨੇ ਕੀਤਾ ਸੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਫਿਕਸ ਕੀਤਾ ਜਾ ਸਕੇ, ਪਰ ਸਰਕਾਰ ਕਹਿੰਦੀ ਆ ਕਿ ਜਿਹੜੀ ਸੀਕ੍ਰੇਟ ਚੈਟ ਸੀਗੀ ਇਹਨਾਂ ਦੀ ਕਈ 100 ਯੂਜ਼ਰ ਸੀਗੇ ਅਮੈਰੀਕਾ ਦੇ ਵਿੱਚ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਤੱਕ ਇਹ ਪਹੁੰਚ ਗਈ ਆ ਅਤੇ ਬਹੁਤ ਵੱਡਾ ਚੈਲੰਜ ਅਮੈਰੀਕਾ ਦੀ ਇੰਟੈਲੀਜੈਂਸ ਅਤੇ ਏਜੰਸੀਜ਼ ਦੇ ਲਈ ਹੋਇਆ ਸੀ ਕਿ ਕਿਸੇ ਤਰ੍ਹਾਂ ਜਿਹੜਾ ਹੁਣ ਨੁਕਸਾਨ ਹੋ ਗਿਆ ਜਿੱਦਾਂ ਵੀ ਸਪਿਲੇਜ ਆ ਇਹ ਹੋ ਗਈ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾ ਸਕੇ, ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਸੀਗੀ ਜਿਹੜੀ ਸਰਕਾਰ ਦੇ ਕੋਲੋਂ ਬਾਹਰ ਚਲੇ ਗਈ ਸੀ। ਔਰ ਚੀਨ ਇਸ ਗੱਲ 'ਤੇ ਉਸ ਵੇਲੇ ਹੱਸਿਆ ਵੀ ਸੀ ਜਦੋਂ ਇਹ ਵਾਰਦਾਤ ਹੋਈ ਸੀ ਵੀ ਇਹਨਾਂ ਦਾ ਇੱਕ ਛੋਟਾ ਜਿਹਾ ਨੌਜਵਾਨ ਹੀ ਸਾਰੀ ਸੀਕ੍ਰੇਟ ਸੀ ਇਹਨਾਂ ਦੀ ਬਾਹਰ ਲੀਕ ਕਰ ਸਕਦਾ ਅਤੇ ਹੋਰ ਇਹਨਾਂ ਦੇ ਕੋਲ ਕਿੰਨਾ ਕੁ ਵਧੀਆ ਸਿਸਟਮ ਹੋ ਸਕਦਾ ਹੈ। ਸੋ ਉਹਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਹੈਂਡਲ ਕਰਨ ਦੇ ਲਈ ਇਹ ਸਰਕਾਰ ਲੱਗੀ ਆ ਕਿ ਜਿਹੜੀ ਗੱਲ ਇੱਕ ਵਾਰੀ ਹੋ ਗਈ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੰਟੈਲੀਜੈਂਸ ਏਜੰਸੀ ਜਿਹੜੀਆਂ ਠੀਕ ਠਾਕ ਕਰ ਸਕਣ ਅਤੇ ਉਹਦੇ ਨਾਲ ਜਿਹੜਾ ਕਈ ਇਹਦੇ ਉੱਤੇ ਡਾਕੂਮੈਂਟਰੀ ਸੀ ਵੀ ਆਈਆਂ ਪਿਛਲੇ ਸਮੇਂ ਦੇ ਵਿੱਚ ਅਤੇ ਮਿਡ ਅਪ੍ਰੈਲ ਦੇ ਵਿੱਚ ਇਹਨੇ ਜਿਹੜਾ ਟੌਪ ਸੀਕ੍ਰੇਟ ਡਿਪਲੋਮੈਟਿਕ ਅਤੇ ਮਿਲਟਰੀ ਸੀਗੀਆਂ ਉਹਨਾਂ ਦੇ ਡਾਕੂਮੈਂਟ ਸੀਗੇ ਉਹਨਾਂ ਨੂੰ 21 ਸਾਲਾ ਏਅਰ ਨੈਸ਼ਨਲ ਗਾਰਡ ਮੈਂਬਰ ਉਹਨੇ ਸਿਰਫ ਸ਼ੋਅ ਆਫ ਕਰਨ ਦੇ ਲਈ ਔਨਲਾਈਨ ਫਰੈਂਡਸ ਨੂੰ ਜਿਹੜਾ ਇਹ
ਪਾ ਦਿੱਤਾ ਸੀ। ਡਾਕੂਮੈਂਟਸ ਤੇ ਜਿਹੜੀਆਂ ਇੰਟਰਵਿਊ ਸੀਗੀਆਂ ਕਈ ਦਰਜਨਾਂ ਲੋਕਾਂ ਦੇ ਨਾਲ ਜਿਹੜੇ ਟੈਕਸੀਰੀਆ ਨੂੰ ਜਾਣਦੇ ਆ, ਉਹਨਾਂ ਨੇ ਇਹਦੇ ਬਾਰੇ ਦੱਸਿਆ ਸੀ। 8 ਮਹੀਨੇ ਬਾਅਦ ਜਦੋਂ ਜਿਹੜਾ ਇਹ ਸਾਰਾ ਕੁਝ ਹੋ ਗਿਆ ਤੇ ਫੈਡਰਲ ਜੇਲ੍ਹ ਦੇ ਵਿੱਚ ਉਹ ਇਸ ਵੇਲੇ ਵੀ ਹੈਗਾ ਆ ਤੇ ਉਹਨੂੰ ਇਹਦੇ ਲਈ ਚਾਰਜਸ ਲੱਗਣੇ ਆ। ਇਹ ਵਿਅਕਤੀ ਕੌਣ ਸੀ ਜਿਹਨੇ ਸਾਰਾ ਕੁਝ ਕੀਤਾ ਸੀ? ਜੈਕ ਟੈਕਸੀਰੀਆ ਹਲਕੀ ਜਿਹੀ ਉਮਰ ਦਾ, ਦਸੰਬਰ 2001 ਦੇ ਵਿੱਚ ਇਹਦਾ ਜਨਮ ਹੋਇਆ ਤੇ ਅਮਰੀਕਨ ਏਅਰਮੈਨ ਆ ਇਹ ਇੰਟੈਲੀਜੈਂਸ ਵਿੰਗ ਦੇ ਵਿੱਚ, ਮੈਸਾਚੂਸੀ ਏਅਰ ਨੈਸ਼ਨਲ ਗਾਰਡ ਦੇ ਵਿੱਚ। ਅਪ੍ਰੈਲ 2023 ਦੇ ਵਿੱਚ ਜਦੋਂ ਇੱਕ ਇਨਵੈਸਟੀਗੇਸ਼ਨ ਹੋਈ ਸੀ ਤਾਂ ਉਸ ਵੇਲੇ ਇਹਨੇ ਡਿਸਕਲੋਜ਼ਰ ਜਿਹੜਾ ਕਰ ਦਿੱਤਾ ਸੀ ਕਈ ਸੈਂਕੜੇ ਕਲਾਸੀਫਾਈਡ ਪੈਂਟਾਗਨ ਡਾਕੂਮੈਂਟਸ ਦਾ, ਅਤੇ ਇਹਨੂੰ ਚਾਰਜ ਕੀਤਾ ਗਿਆ ਸੀ ਅਨਆਥੋਰਾਈਜ਼ ਜਿਹੜੀ ਰਿਟੈਂਸ਼ਨ ਦੇ ਨਾਲ, ਅਤੇ ਇਹਨੇ ਉਹਦੇ ਉੱਤੇ ਸਾਰੇ ਦੇ ਸਾਰੇ ਇੰਟਰਨੈੱਟ ਦੇ ਉੱਤੇ ਇਹਨੇ ਉਹ ਸਾਰੇ ਡਾਕੂਮੈਂਟ ਜਿਹੜੇ ਆ ਉਹ ਇਨਫੋਰਮੇਸ਼ਨ ਪਾ ਦਿੱਤੀ ਸੀ ਅਤੇ ਵਾਇਲੇਸ਼ਨ ਸੀਗੀ ਇੱਕ ਸਿੱਧੀ ਕਾਨੂੰਨ ਦੀ ਇਹ। ਅਤੇ ਇਹ ਇਸ ਨੌਜਵਾਨ ਦੀ ਇੰਟੈਂਸ਼ਨ ਕੋਈ ਇਹ ਨਹੀਂ ਸੀ ਕਿ ਇਹ ਜਿਹੜਾ ਦੂਜੇ ਤਰ੍ਹਾਂ ਦਾ ਕੋਈ ਕਿਸੇ ਦੇਸ਼ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਸੀ। ਪੁਰਤਗੇਜ਼ੀਜ਼ ਜਿਹੜਾ ਇਹਦਾ ਪਿੱਛਿਓਂ ਪਿਛੋਕੜ ਸੀਗਾ, ਇਹਦੇ ਗ੍ਰੈਂਡ ਪੇਰੈਂਟਸ ਜਿਹੜੇ ਆ ਇਮੀਗ੍ਰੇਟ ਹੋਏ ਸੀ ਉੱਥੋਂ ਅਮਰੀਕਾ ਦੇ ਵਿੱਚ, ਅਤੇ ਜਿਹੜਾ ਉਹ ਹੁਣ ਮਾਮਲਾ ਸੀ ਕਿ ਕਿੰਨਾ ਕੁ ਨੁਕਸਾਨ ਉਹਦੇ ਨਾਲ ਹੁਣ ਤੱਕ ਹੋ ਚੁੱਕਿਆ ਅਤੇ ਕਿੰਨਾ ਕੁ ਨੁਕਸਾਨ ਹਜੇ ਤੱਕ ਵੀ, ਮਤਲਬ ਉਹਦੇ 8 ਮਹੀਨੇ ਹੋ ਗਏ ਇਹਨੂੰ ਜੇਲ੍ਹ ਦੇ ਵਿੱਚ ਵੀ ਨੌਜਵਾਨ ਨੂੰ, ਪਰ ਜਿਹੜੀਆਂ ਡਾਕੂਮੈਂਟਸ ਯੂਕਰੇਨ ਦੇ ਨਾਲ ਸੰਬੰਧਿਤ ਦੂਜੇ ਸੀਗੇ ਉਹਨਾਂ ਸਾਰਿਆਂ ਦੇ ਨਾਲ ਸੰਬੰਧਿਤ ਜਿੱਡਾ ਕੁ ਨੁਕਸਾਨ ਇਸ ਨੌਜਵਾਨ ਨੇ ਕੀਤਾ, ਉਹ ਹਜੇ ਤੱਕ ਵੀ ਉਹਦਾ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਕਿੰਨਾ ਕੁ ਨੁਕਸਾਨ ਸੀ। ਫਿਰ ਉਹਨੂੰ ਅਰੈਸਟ ਵੀ ਕੀਤਾ ਗਿਆ ਸੀ, ਹੁਣ ਇਹਦੇ 'ਤੇ ਚਾਰਜਸ ਵੀ ਲੱਗੇ ਆ, ਪਰ ਉਹ ਨੁਕਸਾਨ ਜਾਂ ਜਿਹੜਾ ਉਹ ਡੈਮੇਜ ਹੋਇਆ ਸੀ ਉਹਨੂੰ ਹਜੇ ਤੱਕ ਅਮਰੀਕਾ ਕੰਟਰੋਲ ਕਰਨ ਦਾ ਯਤਨ ਕਰ ਰਿਹਾ, ਜਿਹੜਾ ਕਿ ਉਹਨਾਂ ਦੇ ਹਜੇ ਤੱਕ ਵੀ ਕਾਬੂ ਦੇ ਵਿੱਚ ਆਉਂਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਭਾਵੇਂ ਇਹ ਜਿਹਨਾਂ ਨੌਜਵਾਨਾਂ ਦੇ ਨਾਲ ਵੀਡੀਓ ਗੇਮ ਖੇਡਦਾ ਸੀ ਉਹਨਾਂ ਦੇ ਗਰੁੱਪ ਦੇ ਵਿੱਚ ਜਿਹੜਾ ਮੀਡੀਆ ਸੀ ਉਹਦੇ ਉੱਤੇ ਵੀ ਪਾਇਆ ਸੀ, ਪਰ ਉਹ ਨਾ ਸਿਰਫ ਅਮਰੀਕਾ ਦੇ ਵਿੱਚ ਸਗੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਡਾਟਾ ਪਹੁੰਚ ਗਿਆ ਸੀ। 2023 ਦੇ ਯੂਨਾਈਟਿਡ ਨੇਸ਼ਨ ਕਲਾਈਮੇਟ ਜਿਹੜੀ ਚੇਂਜ ਕਾਨਫਰੰਸ ਆ ਉਹ ਮੁੱਕ ਗਈ ਆ, ਅਤੇ ਉਹਦੇ ਵਿੱਚ ਪਾਰਟੀਸਪੇਟ ਕਰ ਰਹੇ ਦੇਸ਼ ਇਸ ਗੱਲ ਦੇ ਉੱਤੇ ਸਹਿਮਤ ਹੋਏ ਆ ਕਿ ਫਾਈਨਲ ਐਗਰੀਮੈਂਟ ਕਿ ਕਿਸੇ ਨਾ ਕਿਸੇ ਤਰ੍ਹਾਂ ਕਲਾਈਮੇਟ ਚੇਂਜ ਨੂੰ ਰੋਕਿਆ ਜਾਵੇ। ਜਿਹੜੀ ਡੀਲ ਐਕਸੈਪਟੈਂਸ ਆ ਅੱਜ ਉਹਦੇ ਵਿੱਚ 200 ਦੇ ਕਰੀਬ ਦੇਸ਼ ਸਹਿਮਤ ਹੋ ਗਿਆ ਇਸ ਟ੍ਰਾਂਜ਼ੀਸ਼ਨ ਦੇ ਵਿੱਚ ਕਿ ਕਿਸੇ ਨਾ ਕਿਸੇ ਤਰ੍ਹਾਂ ਫੋਸਲ ਫਿਊਲ ਤੋਂ ਅਸੀਂ ਜਿਹੜਾ ਐਨਰਜੀ ਸਿਸਟਮ ਦੇ ਵਿੱਚ ਪਰੇ ਜਾਣਾ ਆ ਤਾਂ ਕਿ ਇਹਨੂੰ ਚੰਗੇ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕੇ। ਯੂਐਸ ਕਲਾਈਮੇਟ ਐਡਵਾਈਜ਼ਰ ਜੌਨ ਕੈਰੀ ਨੇ ਇਹਨਾਂ ਨੇ COP28 ਡੀਲ ਜਿਹੜੀ ਆ ਉਹਦੇ ਵਿੱਚ ਦੱਸਿਆ ਕਿ ਕਲੀਅਰ ਇੱਕ ਮੈਸੇਜ ਆ, ਦੁਬਈ ਦੇ ਵਿੱਚ ਇਹ ਹੋ ਰਹੀ ਸੀ, ਉੱਥੇ ਇਹਨਾਂ ਨੇ ਦੁਨੀਆ ਨੂੰ ਇਹ ਦੱਸਿਆ ਕਿ ਜੇ ਅਸੀਂ ਸਾਰੇ ਦੇਸ਼ ਜਿਹੜੇ ਆ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ ਕਿ ਫੋਸਲ ਫਿਊਲ ਨੂੰ ਹੁਣ ਜਿਹੜਾ ਪਾਸੇ ਕਰ ਦਿੱਤਾ ਜਾਊਗਾ ਅਤੇ ਜਿਹੜਾ ਦੂਜੇ ਅਲਟਰਨੇਟਿਵ ਸੋਰਸਿਸ ਆਫ ਐਨਰਜੀ ਆ ਉਹਨਾਂ ਦੇ ਵੱਲ ਸੋਚਿਆ ਜਾਊਗਾ। ਆਪਣੇ ਆਪ ਦੇ ਵਿੱਚ ਪਹਿਲਾਂ ਕਦੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਦੇਸ਼ ਇੱਕ ਮਤ ਨਹੀਂ ਹੋਏ। ਪਹਿਲੀ ਵਾਰੀ COP ਫੋਸਲ ਫਿਊਲ ਜਿਹੜਾ ਇੱਕ ਟੇਬਲ ਦੇ ਉੱਤੇ ਆਇਆ ਇੱਕ ਵੱਡੇ ਪਾਰਟ ਵਜੋਂ ਜਿਹਦੇ ਵਿੱਚ ਨੈਗੋਸ਼ੀਏਸ਼ਨ ਹੋਣੀ ਸੀ, ਅਤੇ ਡਿਸੀਜਨ ਸਿੱਧਾ ਸਿੱਧਾ ਇਹਦੇ ਉੱਤੇ ਆ ਗਿਆ ਕਿ ਸਾਰਿਆਂ ਨੇ ਇਸ ਗੱਲ ਦੇ ਉੱਤੇ ਫੈਸਲਾ ਕੀਤਾ ਕਿ ਇਹਨੂੰ 2050 ਤੱਕ ਜ਼ੀਰੋ ਕਰ ਦਿੱਤਾ ਜਾਊਗਾ। ਜੌਨ ਕੈਰੀ ਉਹਨਾਂ ਨੇ ਇਸ ਕਲਾਈਮੇਟ ਦੇ ਉੱਤੇ ਜਿਹੜਾ ਦੱਸਿਆ ਆ ਕਿ ਚਾਈਨਾ ਦਾ ਜਿਹੜਾ ਸਪੈਸ਼ਲ ਇਸ ਗੱਲ ਦੇ ਉੱਤੇ ਜਦੋਂ ਨਿਊਜ਼ ਕਾਨਫਰੰਸ ਬਾਹਰ ਹੋਈ ਆ COP28 ਦੇ ਕਿ UN ਕਲਾਈਮੇਟ ਸਮਿਤ ਦਸੰਬਰ 13, 2023 ਨੂੰ ਦੁਬਈ ਦੇ ਵਿੱਚ, ਅਤੇ ਉਹਨਾਂ ਨੇ ਹੁਣ ਇਸ ਗੱਲ ਦੇ ਉੱਤੇ ਕਿਹਾ ਕਿ ਜਿੰਨਾ ਵੀ ਫੋਸਲ ਫਿਊਲ ਮਤਲਬ ਪਥਰਾਟ ਬਾਲਣ ਮਤਲਬ ਜਿਹੜਾ ਵੀ ਧਰਤੀ ਦੇ ਥੱਲੇ ਗੈਸ ਆ, ਨੈਚੁਰਲ ਗੈਸ ਆ ਜਾਂ ਇਹਦੇ ਵਿੱਚ
ਜਿਹੜਾ ਕੋਲਾ ਆ ਜਾਂ ਹੋਰ ਚੀਜ਼ਾਂ ਆ ਉਹਨਾਂ ਸਾਰੀਆਂ ਨੂੰ ਵਰਤਣਾ ਬੰਦ ਕਰ ਦਿੱਤਾ ਜਾਊਗਾ 2050 ਤੱਕ, ਅਤੇ ਇਹਦੇ ਅਲਟਰਨੇਟਿਵ ਸੋਰਸ ਆਫ ਐਨਰਜੀ ਲੱਭੇ ਜਾਣਗੇ, ਚਾਹੇ ਉਹ ਵਿੰਡ ਹੋ ਸਕਦੀ ਹੈ, ਚਾਹੇ ਉਹ ਵਾਟਰ ਹੋ ਸਕਦੀ ਹੈ, ਜਾਂ ਫਿਰ ਉਹ ਜਿਹੜੀ ਅਲਟੀਮੇਟਲੀ ਨਿਊਕਲੀਅਰ ਐਨਰਜੀ ਹੋ ਸਕਦੀ ਆ। ਅਤੇ ਜਿਹੜੇ ਇਹ ਕਲਾਈਮੇਟ ਐਡਵੋਕੇਟਸ ਆ ਇਹ ਕੰਸਰਨ ਨੇ ਇਸ ਗੱਲ ਦੇ ਉੱਤੇ, ਜਿਹੜੀਆਂ ਜਿਸ ਤਰੀਕੇ ਦੇ ਨਾਲ ਖਾਸ ਕਰ ਅਰਬ ਕੰਟਰੀਜ਼, ਯੂਨਾਈਟਿਡ ਅਰਬ ਅਮੀਰਾਤ ਆ, ਇਹਨਾਂ ਦਾ ਫੋਸਲ ਫਿਊਲ ਇੰਡਸਟਰੀ ਦੇ ਨਾਲ ਟਾਈਜ਼ ਨੇ, ਅਤੇ ਇਹਦੇ ਉੱਤੇ ਇੰਪੈਕਟ ਕੀ ਪੈਣਾ ਇਸ ਸਮਿਟ ਦੇ ਉੱਤੇ, ਪਰ ਇਸ ਗੱਲ ਦੇ ਉੱਤੇ ਜਿਹੜੀ ਸਹਿਮਤੀ ਹੁਣ ਕਰ ਲਈ ਗਈ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਨਤੀਜੇ ਦੇ ਸਾਹਮਣੇ ਆਉਣਗੇ ਕਿ ਫੋਸਲ ਫਿਊਲ ਜਿਹਦੇ ਵਿੱਚ ਇਹ ਐਗਰੀਮੈਂਟ ਕੀਤਾ ਗਿਆ, ਅਤੇ ਪਹਿਲੀ ਵਾਰੀ ਇਹ ਹੋਇਆ, ਲਗਭਗ 200 ਦੇਸ਼ ਇਸ ਟ੍ਰਾਂਜ਼ੀਸ਼ਨ ਦੇ ਉੱਤੇ ਸਹਿਮਤ ਹੋਏ ਆ ਕਿ ਇਹ ਟ੍ਰਾਂਜ਼ੀਸ਼ਨ ਇਸ ਐਨਰਜੀ ਸੈਕਟਰ ਦੇ ਵਿੱਚ ਕੀਤੀ ਜਾਊਗੀ। ਜਦੋਂ ਅਫੀਸ਼ੀਅਲੀ ਇਹਨੂੰ ਅਨਾਊਂਸ ਕੀਤਾ ਗਿਆ COP28 ਨੂੰ ਖਤਮ ਕਰਨ ਦੇ ਲਈ, ਉਹਦੇ ਤੋਂ ਵਿੱਚ 198 ਦੇਸ਼ ਜਿਹੜੇ ਆ ਉਹਨਾਂ ਨੇ ਇਹ ਗੋਲ ਆਪਣਾ ਬਣਾ ਲਿਆ ਕਿ ਜਿਹੜਾ ਟੈਂਪਰੇਚਰ ਆ 1.5 ਡਿਗਰੀ ਸੈਲਸੀਅਸ ਤੋਂ ਥੱਲੇ, ਜਿਹੜਾ ਕਿ ਪੈਰਿਸ ਐਗਰੀਮੈਂਟ ਦੇ ਵਿੱਚ ਤੈਅ ਹੋਇਆ ਸੀ, ਉਹਦੇ ਤੋਂ ਥੱਲੇ ਲੈ ਕੇ ਆਉਣਾ, ਅਤੇ ਕੁਦਰਤੀ ਆ ਕਿ ਦੇ ਨਾਲ ਵਾਤਾਵਰਨ ਦੇ ਉੱਤੇ ਵੱਡਾ ਚੰਗਾ ਅਸਰ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ।